ਸਤਿ ਸ਼੍ਰੀ ਅਕਾਲ ਜੀ ਸਾਰੇ ਜੀ ਭਰਾਵਾਂ ਨੂੰ ਕੀ ਆ ਸਾਰਾ ਸਾਵਾ ਅਤੇ ਇਹ ਕੀਤਾ ਸੀ ਇੱਕ ਤਾਂ ਯਾਰ ਕੀ ਇਹ ਸੌਖਾ ਜੀ ਲਾਈਟ ਬਹੁਤ ਚੱਲਣ ਦਾ ਹੀ ਆ ਜੀ। ਅੱਗੇ ਕਦੀ ਇੰਨੀ ਲਾਈਟ ਨਹੀਂ ਚੱਲੀ, ਪਿਛਲੇ ਸਾਲ ਵੀ ਬਥੇਰੀ ਚੱਲਦੀ ਰਹੀ ਲਾਈਟ, ਅਤੇ ਇਸ ਵਾਰ ਵੀ ਲਾਈਟ ਬਹੁਤ ਆ। ਸਿੱਧੀ ਬਿਜਾਈ ਵਾਲਿਆਂ ਵਾਸਤੇ ਨਾ ਬਹੁਤ ਵਧੀਆ ਜਿਹੜੀ ਲਾਈਟ ਚੱਲਣ ਦੀ ਨੇ। ਅਤੇ ਪਾਣੀ ਲਾ ਤਾ ਸੀ ਅੱਜ ਹੀ ਘੇਰਿਆ ਝੋਨਾ ਹੈ, ਅਤੇ ਨਾਲ ਦੀ ਨਾਲ ਹੀ ਚਲੋ ਲਾਈਟ ਬਥੇਰੀ ਚੱਲਦੀ, ਹੁਣ ਸਾਰਾ ਸਾਰਾ ਦਿਨ ਚੱਲਦੀ ਰਹਿੰਦੀ, ਪਾਣੀ ਲੱਗ ਗਿਆ। ਅਤੇ ਇਹਦੇ ਵਿੱਚ ਸਟੋਮ ਸਟੋਮ ਕੁਝ 73.01 ਸਾਵਾ ਦਾ, ਇਹਦੇ ਵਿੱਚ ਨਾ ਅਸੀਂ ਸਾਥੀ ਪਵਾਉਂਦੇ ਹਾਂ ਜੀ। ਹਾਂ ਸਪਰੇਅ ਵੀ ਚਲੋ ਹੋ ਜਾਵੇ, ਪਰ ਸਪਰੇਅ ਜਿਵੇਂ ਕੱਲ੍ਹ ਨੂੰ ਕਰਨੀ ਸੀ, ਕੱਲ੍ਹ ਤੱਕ ਕੱਲ੍ਹ ਸ਼ਾਮ ਨੂੰ। ਅਤੇ ਉਹਦੇ ਨਾਲੋਂ ਅਸੀਂ ਪਿਛਲੇ ਸਾਲ ਵੀ ਕੀਤੇ ਸੀ ਟਰਾਲੇ। ਇਹ ਸਾਥੀ ਦੀ ਜਿਹੜੀ 200 ਜਾਂ 300 ਗ੍ਰਾਮ ਤੱਕ ਪਾ ਸਕਦੇ ਹਾਂ ਆਪਾਂ ਕਿੱਲੇ ਦੀ, ਅਸੀਂ 250 ਪਾਉਂਦੇ ਹਾਂ ਜੇ 300 ਗ੍ਰਾਮ ਲੱਗਦੇ ਹਾਂ। ਅਤੇ ਕਈ ਭਰਾ ਤਾਂ ਕਰਦੇ ਹਨ ਰੇਤ ਦੇ ਵਿੱਚ ਰਲਾ ਕੇ ਛੱਟਾ ਦੇ ਦਿੰਦੇ ਆ, ਰੇਤ ਦੇ ਵਿੱਚ ਰਲਾ ਕੇ ਸਾਥੀ ਅਤੇ ਛੱਟਾ ਦਵਾਉਂਦੇ ਹਾਂ 250 ਗ੍ਰਾਮ ਏਕੜ ਦੇ ਹਿਸਾਬ ਨਾਲ ਸਾਥੀ ਦੀ। ਅਤੇ ਬਹੁਤ ਹੀ ਸੋਹਣੇ ਰਿਜ਼ਲਟ ਆਉਂਦੇ ਜੀ ਇਹਦੇ ਵੀ। ਸਟੋਂਪ ਦੀ ਸਪਰੇਅ ਨਹੀਂ ਇੱਥੇ ਕਰਨੀ, ਇਹ ਤਾਂ ਹੁਣ ਬਾਅਦ 'ਚ ਹੀ ਵੇਖਾਂਗੇ ਗੜਾ ਨਦੀਨ ਹੁੰਦਾ ਉਸ ਹਿਸਾਬ ਨਾਲ ਸਪਰੇਅ ਹੋ ਜੂਗੀ। ਅਤੇ ਇਹਦੇ ਵੀ ਬਹੁਤ ਹੀ ਜ਼ਿਆਦਾ ਸੋਹਣੇ ਰਿਜ਼ਲਟ ਆ ਸਾਥੀ ਦਵਾਈ ਜਿਹੜੀ ਇਹਦੇ ਵੀ। ਰੇਤ ਦੇ ਵਿੱਚ ਆਪਾਂ ਰਲਾ ਲੈਣੀ, ਪਹਿਲਾਂ ਪਾਣੀ ਪਾ ਕੇ ਦਵਾਈ ਦਾ ਘੋਲ ਬਣਾ ਲੈਣਾ, ਬਾਅਦ ਦੇ ਵਿੱਚ ਰੇਤ ਦੇ ਵਿੱਚ ਚੰਗੀ ਤਰ੍ਹਾਂ ਬੰਦੇ ਛੱਟ ਦੇ ਦਿੰਦੇ ਇੱਕ ਸਾਰ ਹੈ, ਜਦੋਂ ਰਲ ਗਈ ਉਸ ਤੋਂ ਬਾਅਦ ਅਸੀਂ ਛੱਟਾ ਦਵਾ ਦਿੰਦੇ ਜੀ। ਛੱਟਾ ਦੇਣਾ ਇੱਦਾਂ ਪਾਣੀ ਖੜ੍ਹਾ ਹੋਵੇ, ਖੜ੍ਹੇ ਪਾਣੀ ਦੇ ਵਿੱਚ ਹੀ ਛੱਟਾ ਦੇਣਾ, ਇੱਦਾਂ ਇਹ ਨਹੀਂ ਕਿ ਪਾਣੀ ਆਪਣਾ ਜੀਰ ਗਿਆ ਫਿਰ ਛੱਟਾ ਦੇਣਾ, ਖਲੋਤੇ ਪਾਣੀ ਦੇ ਵਿੱਚ ਹੀ ਛੱਟਾ ਦੇਣਾ ਇਹਦਾ ਸਾਥੀ ਦਵਾਈ ਜਿਹੜੀ। ਅਤੇ ਜੇ ਤੁਸੀਂ ਸਟੋਂਪ ਵੀ ਨਾਲ ਪਾਉਣੀ ਹੋਵੇ ਫਿਰ ਸਾਥੀ ਤੁਸੀਂ ਕਰ ਸਕਦੇ ਜੇ ਜੀ 80 ਗ੍ਰਾਮ ਏਕੜ ਦੀ, ਅਤੇ ਸਟੋਂਪ ਐਕਸਟਰਾ ਪਾਉਣੀ ਆ ਜੇ ਇੱਦਾਂ ਛੱਟਾ ਦੇਣਾ ਨਾ, ਜਿਹੜੀ ਸਿੰਪਲ ਉਹ ਨਹੀਂ ਪਾਉਣੀ, ਸਟੋਂਪ ਐਕਸਟਰਾ ਜਿਹੜੀ ਆਪਣੀ ਆਉਣੀ ਆ ਜੀ, ਸਿੰਪਲ ਸਟੋਂਪ ਨਹੀਂ ਪਾਉਣੀ। ਅਤੇ ਇਹਦਾ ਇਹ ਆ ਕਿ ਸਪਰੇਅ ਦੇ ਨਾਲੋਂ ਕੰਮ ਸੌਖਾ, ਜਿਹੜੀ ਆਪਾਂ ਸਪਰੇਅ ਘੁੱਲਦੇ ਹਾਂ ਨਾ, ਸਪਰੇਅ ਦੇ ਵਿੱਚ 150 ਲੀਟਰ ਪਾਣੀ ਲਾਉਣਾ, ਉਹਦਾ ਥੋੜ੍ਹਾ ਕੰਮ ਔਖਾ, ਇਹਦਾ ਕੰਮ ਆ ਤਰੀਕੇ ਨਾਲ ਬਹੁਤ ਹੀ ਸੌਖਾ ਜੀ, ਅਤੇ ਰਿਜ਼ਲਟ ਵੀ ਇਹਦਾ ਬਹੁਤ ਹੀ ਸ਼ਾਨਦਾਰ ਮਿਲਦਾ। ਅਤੇ ਬਾਕੀ ਚਲੋ ਇਸ ਵਾਰ ਜਿਹੜੀ ਲਾਈਟ ਦੇ ਨਜ਼ਾਰੇ ਆ ਜੀ ਪੂਰੇ, ਲਾਈਟ ਅੱਗੇ ਨਹੀਂ ਤਾਂ ਐਡਾ ਕਿਆਰਾ ਰੱਖੀਦਾ ਨਹੀਂ ਜੀ, ਜਿੱਡੇ ਆ ਰੱਖੇ ਆ ਕਿੱਲੇ ਤੋਂ ਵੀ ਨਿੱਕਾ ਕਿਆਰਾ ਰੱਖਣਾ ਪੈਂਦਾ, ਕੋਈ ਪਤਾ ਨਹੀਂ 2 ਘੰਟੇ ਲਾਈਟ ਚੱਲਦੀ ਕਿੰਨਾ ਚੱਲਦੀ, ਪਰ ਇਹ ਆ ਕਿ ਜਿਹੜੀ ਜਦੋਂ ਦੀ ਆ ਸਰਕਾਰ ਆਈ ਆਮ ਆਦਮੀ ਦੀ, ਲਾਈਟ ਵਾਲੇ ਨਜ਼ਾਰੇ ਬੱਦੇ ਪਏ ਜੀ, ਨਹੀਂ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਲਾਈਟ ਦੇ ਮੰਦੇ ਹਾਲ ਹੁੰਦੇ ਸੀ। ਚਲੋ ਅਸੀਂ ਤਾਂ ਕਾਫੀ ਟਾਈਮ ਦੀ ਕਰਦੇ ਆਉਂਦੇ ਹਾਂ ਸਿੱਧੀ ਬਿਜਾਈ, 2 ਘੰਟੇ ਆ ਗਈ ਫਿਰ ਪਾਵਰ ਕੱਟ ਲਾ ਤਾ, 1 ਘੰਟਾ ਆ ਗਈ ਫਿਰ ਪਾਵਰ ਕੱਟ ਲੱਗ ਗਿਆ। ਉਹਦੇ ਵਿੱਚ ਇਹ ਹੁੰਦਾ ਸੀ ਕਿ ਜਿਵੇਂ ਆ ਕਿਆਰਾ ਨਾ ਇਹ ਅੱਧਾ ਕੀ ਭਰਿਆ ਅੱਧਾ ਕੀ ਰਹਿ ਗਿਆ, ਉਹ ਤੋਂ ਫਿਰ ਇੱਕ ਤਾਂ ਵੱਟਾਂ ਬੜੀਆਂ ਪਾਉਣੀਆਂ ਪੈਂਦੀਆਂ ਸੀ, ਕਿਆਰੇ ਬੜੇ ਨਿੱਕੇ ਕਰਨੇ ਪੈਂਦੇ ਸੀ, ਅਤੇ ਅੱਧਾ ਕੀ ਭਰਿਆ ਅੱਧਾ ਕੀ ਰਹਿ ਗਿਆ, ਉਹ ਪੂਰੇ ਸਹੀ ਤਰੀਕੇ ਨਾਲ ਚੱਸ ਵਾਰਨਾ ਝੋਨਾ ਦੀ ਜਰਮੀਨੇਸ਼ਨ ਵੀ ਨਹੀਂ ਹੁੰਦੀ ਹੁੰਦੀ। ਅਤੇ ਬਾਕੀ ਇਹੋ ਹੈ ਕਿ ਜਿਹੜੇ ਜਿਹੜੇ ਭਰਾ ਸਿੱਧੀ ਬਿਜਾਈ ਕਰਨ ਦਏ ਆ, ਜੇ ਉਹ ਸਪਰੇਅ ਨਹੀਂ ਕਰਨਾ ਚਾਹੁੰਦੇ, ਸੌਖਾ ਤਰੀਕਾ ਜੇ ਤਾਂ ਸਾਥੀ ਇਕੱਲੀ ਪਾਉਣੀ 300 ਗ੍ਰਾਮ ਤੱਕ ਕਿੱਲੇ ਦੀ ਸਾਥੀ ਪਾ ਲੈਣ, ਜੇ ਨਾਲ ਉਹ ਸਟੋਂਪ ਪਾਉਣੀ ਚਾਹੁੰਦੇ ਫਿਰ ਸਟੋਂਪ ਐਕਸਟਰਾ ਪਾ ਲੈਣ, 1 ਲੀਟਰ ਉਹ 80 ਗ੍ਰਾਮ ਸਾਥੀ, ਅਤੇ ਰੇਤ ਦੇ ਵਿੱਚ ਲਾ ਕੇ ਛੱਟਾ ਦੇ ਦੇਣ, ਇਹ ਵੀ ਤਰੀਕਾ। ਜਾਂ ਫਿਰ ਜਿਹੜਾ ਆਪਣਾ ਪੰਪ ਹੁੰਦਾ ਆਪਣਾ ਕੋਈ ਇੰਜਨ ਵਾਲਾ ਪੰਪ ਲਾ ਲਓ, ਉਹਦੇ ਨਾਲ ਆਪਾਂ ਇਹਨੂੰ ਦੂਸਰਾ ਪੰਪ ਦੇ ਨਾਲ ਲੰਮਾ ਫੁਹਾਰਾ ਕਰਕੇ 2 ਪੰਪ ਏਕੜ ਦੇ ਹਿਸਾਬ ਨਾਲ ਉਹ ਵੀ ਲਾ ਸਕਦੇ ਹਾਂ, ਪਰ ਰੇਤ ਵਾਲਾ ਤਰੀਕਾ ਵਧੀਆ ਜੀ, ਇੱਕ ਸਾਰਿਆਂ ਦਵਾਈ ਪੂਰੇ ਪੈ ਜਾਂਦੀ ਸਾਰੇ ਚੰਗੀ ਤਰ੍ਹਾਂ ਰਲਾਈ ਹੋਵੇ। ਓਕੇ ਜੀ, ਧੰਨਵਾਦ ਜੀ ਸਾਰੇ ਭਰਾਵਾਂ ਦਾ।